ਹੈਲੋ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਮੱਕੀ ਦੀਆਂ ਰੋਟੀਆਂ ਬਣਾਉਣ ਲੱਗੇ ਆਂ ਮੱਕੀ ਦਾ ਆਟਾ ਲਵਾਂਗੇ ਇਹਨੂੰ ਛਾਣ ਕੇ ਤੇ ਇਹਦੇ ਵਿੱਚ ਆਪਾਂ ਪਿਆਜ਼ ਹਰੀਆਂ ਮਿਰਚਾਂ ਧਨੀਆ ਲੂਣ ਮਿਰਚ ਮਸਾਲਾ ਬੇਸਣ ਵੀ ਪਾ ਸਕਦੇ ਆਂ ਮੈਂ ਕੱਲੇ ਪਿਆਜ਼ ਤੇ ਲੂਣ ਮਿਰਚ ਮਸਾਲਾ ਪਾਇਆ ਤੇ ਹਲਦੀ ਪਾਈ ਥੋੜੀ ਜਿਹੀ ਲਾਲ ਮਿਰਚ ਪਾਈ ਤੇ ਹੁਣ ਆਪਾਂ ਇਹਨੂੰ ਮਲਾਂਗੇ ਆ ਪਿਆਜ਼ ਪਿਆਜ਼ ਪਾਏ ਆਪਾਂ ਇਹਦੇ ਚ ਆਪਾਂ ਕੁਝ ਵੀ ਪਾ ਸਕਦੇ ਆ ਜਿਦਾ ਮੂਲੀਆਂ ਕਦੂਕਸ਼ ਕਰਕੇ ਪਾ ਮੂਲੀਆਂ ਕਦੂਕਸ਼ ਕਰਕੇ ਪਾ ਸਕਦੇ ਆ ਮੂਲੀਆਂ ਦੇ ਪੱਤੇ ਫੇ ਮੇਥੇ ਵਾਲੀਆਂ ਬਹੁਤ ਸਵਾਦ ਮੇਥਰੇ ਪਾ ਕੇ ਬਹੁਤ ਸਵਾਦ ਬੰਦੀਆਂ ਰੋਟੀਆਂ ਮੱਕੀ ਦੀਆਂ ਪਕੌੜੇ ਵਾਂਗੂ ਵਧੀਆ ਸੋਹਣੀਆਂ ਬੰਦੀਆਂ ਇਹ ਆਟੇ ਆਟੇ ਤੇ ਡਿਪੈਂਡ ਹੁੰਦਾ ਆ ਕੋਈ ਆਟਾ ਵਧੀਆ ਹੁੰਦਾ ਕੋਈ ਆਟਾ ਥੋੜਾ ਮਲਾਵਟਾ ਵਾਲਾ ਹੁੰਦਾ ਇਹਨੂੰ ਆਪਾਂ ਕੋਸੇ ਜੇ ਪਾਣੀ ਨਾਲ ਨਾ ਮਲਈ ਜਾਂਦਾ ਜਿੰਨਾ ਇਹਨੂੰ ਮਲਾਂਗੇ ਨਾ ਤੇ ਇਹ ਸਮਝੋ ਫੇ ਗੁੱਝ ਜਾਂਦਾ ਆ ਮਲਣ ਨਾਲ ਮਲਿਆਮ ਹੋ ਜਾਂਦਾ ਆ ਦੇਖੋ ਇਹਨੂੰ ਚੰਗੀ ਤਰ੍ਹਾਂ ਮਲਣਾ ਆ ਦਾ ਮਲ ਮਲ ਕੇ ਨਾ ਇੱਕ ਤਾਂ ਜੋ ਆਪਾਂ ਲੂਣ ਮਿਰਚ ਮਸਾਲਾ ਜੋ ਵੀ ਇਹ ਚ ਮਟੀਰੀਅਲ ਪਾਇਆ ਹੁੰਦਾ ਉਹ ਮਿਕਸ ਹੋ ਜਾਂਦਾ ਦੁੱਝਾ ਇਹ ਆਟਾ ਗੁੱਝ ਜਾਂਦਾ ਹੈ ਇਦਾਂ ਹੱਥ ਦੇ ਲੈ ਕੇ ਆਟਾ ਪੇੜਾ ਚੁੰਡਾ ਕਰਨਾ ਬਦਾਣਾ ਰੋਟੀ ਨੂੰ ਫਿਰ ਆਪਾਂ ਚੱਕਲੇ ਤੇ ਸੁੱਕਾ ਆਟਾ ਰੱਖਾਂਗੇ ਮੱਕੀ ਦਾ ਇਹਦਾ ਥੱਪ-ਥੱਪ ਕੇ ਇਹਨੂੰ ਵੱਡੀ ਕਰ ਲੈਣਾ ਰੋਟੀ ਨੂੰ ਬਦਾ ਲੈਣਾ ਇੰਦਾਇ ਮੱਕੀ ਦੀ ਰੋਟੀ ਬਣਨਦੀ ਹੈ ਅੱਜਕੱਲ ਮੱਕੀ ਦੀ ਰੋਟੀ ਕੋਈ ਛੇਤੀ ਪਹਿਲਾਂ ਤਾਂ ਬਣਾਉਂਦਾ ਹੀ ਨਹੀਂ ਆ ਕਹਿੰਦੇ ਸਾਡੇ ਕੋ ਬਣਦੀ ਨਹੀਂ ਆ ਕਿਉਂਕਿ ਇਹ ਥੋੜਾ ਟਫ ਕੰਮ ਹੈਗਾ ਆਇਆ ਤੇ ਆ ਦੇਖੋ ਆਹਾਂ ਆਟਾ ਜਦੋਂ ਲੱਗੇ ਨਾ ਚਕਲੇ ਨਾਲ ਚਿਪਕਦੀ ਪਈ ਆ ਤੇ ਆਪਾਂ ਸੁੱਕਾ ਆਟਾ ਲਾ ਲਾ ਕੇ ਇੱਧਰ ਰੋਟੀ ਬਣਾ ਲੈਣੀ ਆ ਜਿੰਨੀ ਕਿ ਮੋਟੀ ਜਿੰਨੀ ਕਿ ਪਤਲੀ ਚਾਹੀਦੀ ਆ ਉਸ ਹਾਵ ਨਾਲ ਫਿਰ ਆਪਾਂ ਪੜੇ ਆਮ ਨਾਲ ਇਹਨੂੰ ਚੱਕ ਰੋਟੀ ਨੂੰ ਚੱਕ ਕੇ ਚਕਲੇ ਤੋਂ ਤਵੇ ਤੇ ਪਾਵਾਂਗੇ ਕਿਉਂਕਿ ਇਹ ਚੱਕਦੇ ਆ ਚੱਕਦੇ ਆ ਟੁੱਟ ਜਾਂਦੀ ਏ ਰੋਟੀ ਆਹਨ ਤਵੇ ਤੇ ਪਾਤੀ ਹੁਣ ਦੂਜੀ ਰੋਟੀ ਮੀਲਾਂਗੇ ਥੱਪਾਂਗੇ ਮਤਲਬ ਉਹਨੂੰ ਪੇੜੇ ਨੂੰ ਹੱਥਾਂ 'ਚ ਲੈ ਕੇ ਇਦਾਂ ਗੋਲ-ਗੋਲ ਕਰਕੇ ਥੱਪਕੇ ਚੁੰਡਾ ਇਦਾਂ ਨਾਲ ਹੀ ਚੁੰਡਾ ਹੋ ਜਾਣਾ ਠੀਕ ਆ ਇਹ ਟੁੱਟਦੀ ਜ਼ਿਆਦਾ ਹੁੰਦੀ ਐ ਇਹ ਛੇਤੀ ਬਣਦੀ ਨਹੀਂ ਰੋਟੀ ਆ ਦੇਖੋ ਇਹ ਆਹ ਕ ਤਵੇ ਤੇ ਰੋਟੀ ਪਾਈ ਠੀਕ ਆ ਇਹ ਜਦੋਂ ਸੇਕੀਦੀ ਨਾ ਤਵੇ ਤੇ ਉਦੋਂ ਵੀ ਸੇਕਨ ਲੱਗਿਆ ਵੀ ਥੱਲਣ ਲੱਗਿਆ ਵੀ ਇਹ ਟੁੱਟ ਜਾਂਦੀ ਰੋਟੀ ਬੜੇ ਧਿਆਨ ਦੇ ਨਾਲ ਇਹਨੂੰ ਸੇਕਣਾ ਵੀ ਪੈਂਦਾ ਆ ਫੇ ਬੜੇ ਧਿਆਨ ਨਾਲ ਇਹਨੂੰ ਚਕਲੇ ਤੇ ਥੱਪ ਥੱਪ ਕੇ ਵਧਾਉਣਾ ਪੈਂਦਾ ਚਕਲੇ ਨਾ ਕਿਸੇ ਲਈ ਚਿਪਕ ਜਾਂਦੀ ਆ ਆ ਦੇਖੋ ਐਦਾਂ ਥੱਪ ਥੱਪ ਕੇ ਸੁੱਕਾ ਆਟਾ ਲਾ ਕੇ ਹੱਥਾਂ ਨਾਲ ਵਧਾਈ ਜਾਣੀ ਰੋਟੀ ਕਈ ਜਿਨ੍ਹਾਂ ਨੂੰ ਚਾਕਲੇਟ ਨਹੀਂ ਬਣਾਣੇ ਆਂਦੀ ਕਈ ਲਫਾਫੇ ਲੈ ਲੈਂਦੇ ਆ ਪਲਾਸਟਿਕ ਦੇ ਮੋਮ ਜਾਮੇ ਵਾਲੀਆਂ ਥੈਡੀਆਂ ਜਿਹੜੀਆਂ ਨੇ ਆ ਜਿੱਚ ਸੋਦਾ ਲਈਦਾ ਜਿਹਨੂੰ ਪੰਨੀਆਂ ਕਹਿੰਦੇ ਆਪਾਂ ਲਫਾਫੇ ਉਹ ਇੱਕ ਲਫਾਫਾ ਚਾਕਲੇਟ ਰੱਖਦੇ ਆ ਉਹਦੇ ਤੇ ਪੇੜਾ ਰੱਖ ਕੇ ਦੋ ਲਫਾਫਾ ਉੱਤੇ ਰੱਖ ਕੇ ਉਪਰੋਂ ਥੱਪੀ ਜਾਂਦੇ ਆ ਤੇ ਰੋਟੀ ਵੱਧ ਜਾਂਦੀ ਆ ਮਤਲਬ ਰੋਟੀ ਵੇਲੀ ਜਾਂਦੀ ਸਮਝ ਲਓ ਐਦਾਂ ਵੀ ਕਈ ਕਰ ਲੈਂਦੇ ਆ ਜਿਨ੍ਹਾਂ ਨੂੰ ਨਹੀਂ ਆਂਦੀ ਤਾਂ ਚਾਕਲੇਟ ਇਹ ਪ੍ਰਾਣੀਆਂ ਆਪਣੀਆਂ ਬੁੜੀਆਂ ਤਾਂ ਚਕਲੇ ਤੇ ਵੀ ਨਹੀਂ ਬਣਾਉਂਦੀਆਂ ਉਹਨਾਂ ਨੇ ਹੱਥਾਂ ਤੇ ਹੀ ਬਣਾ ਲੈਣੀ ਰੋਟੀ ਬੜੀ ਸੋਹਣੀ ਬਣਾਉਂਦੀ ਜਾਂਦੀ ਐ ਬਹੁਤ ਸੋਹਣੀ ਰੋਟੀ ਬਣਾਉਂਦੀ ਜਾਂਦੀ ਐ ਅੱਜ ਕੱਲ ਮੱਕੀ ਦੀ ਰੋਟੀ ਨਹੀਂ ਕਿਸੇ ਨੂੰ ਆਦੀ ਬਣਾਣੀ ਘਟ ਜਾਂਦੀ ਆ ਆ ਦੇਖੋ ਹੁਣ ਆਪਾਂ ਇੱਥੇ ਘੇ ਲਾਵਾਂਗੇ ਤੇਲ ਘੇ ਜੋ ਵੀ ਆਪਣੇ ਕੋ ਹੈਗਾ ਆ ਉਹ ਆਪਾਂ ਰੋਟੀ ਤੇ ਲਾ ਕੇ ਰੜ ਲੈਣੀ ਰੋਟੀ ਤੇ ਆਹ ਦੇਖੋ ਸੇਕ ਕਰਨ ਲੱਗਿਆ ਆ ਦੇਖੋ ਟੁੱਟਦੀ ਨਾ ਪਰਦੀ ਐ ਨਾ ਬੜੀ ਸੇਫਲੀ ਰੋਟੀ ਨੂੰ ਇਹਨੂੰ ਬਣਾਣਾ ਬਿੰਦਾ ਬਹੁਤ ਸਵਾਦ ਲੱਗਦੀ ਹੈ ਮੇਥੇ ਪਾਏ ਹੋਣ ਪੂਦਨਾ ਹਰੀਆਂ ਮਿਰਚਾਂ ਧਨੀਆ ਵੇਸਣ ਬਹੁਤ ਸਵਾਦ ਰੋਟੀਆਂ ਪਕੋੜੇ ਵਾਂਗੂੰ ਬੰਦੀਆਂ ਇਹ ਮੈਂ ਤਾਂ ਮੇਰੇ ਤੇਲ ਤੇ ਨਹੀਂ ਲਾਇਆ ਕੇ ਤੇਲ ਕਿਉਂਕਿ ਸਾਡੇ ਤਵੇ ਤੇ ਕਈ ਰਖਾ ਲੈਂਦੇ ਆ ਕਈ ਕਹਿੰਦੇ ਸਾਨੂੰ ਸੁੱਕੀ ਰੋਟੀ ਤਵੇ ਤੇ ਲਾ ਕੇ ਤੇ ਥੱਲੇ ਚੋਪੜ ਕੇ ਦੇ ਆ ਕਈ ਫਿਰ ਤਵੇ ਤੇ ਤਲ ਕੇ ਖਾਂਦੇ ਆ ਜਿਹੜਾ ਤਲ ਕੇ ਖਾਣਾ ਚਾਹਵੇ ਉਹਨੂੰ ਤਵੇ ਤੇ ਤਲ ਦੇ ਦੀ ਜਿਹੜੀ ਕੇ ਤਾਂ ਤਵੇ ਤੇ ਲਾ ਕੇ ਕੇ ਮੱਖਣੀ ਜਾਂ ਕੁਝ ਸਾਦੇ ਉਹਨੂੰ ਕਿ ਉਦਾਂ ਹੀ ਦੇ ਦੇਦੀ ਆ ਆ ਦੇਖੋ ਦੇਖਣ ਨੂੰ ਵੀ ਕਿੰਨੀ ਸੋਹਣੀ ਰੋਟੀ ਲੱਗਦੀ ਐ ਪਕੌੜੇ ਵਾਂਗ ਸੁਆਦ ਆਂਦਾ ਰੋਟੀ ਦਾ ਆਂ ਆ ਤਲ ਦਿੱਤੀ ਠੀਕ ਆ ਆ ਦੇਖੋ ਰੋਟੀ ਲੱਸੀ ਮੱਖਣ ਮੱਕੀ ਦੀ ਝੋਟੀ ਆ ਦੇਖੋ ਮਨ ਕੋ ਹੱਥ ਨਾਲ ਪੇੜਾ ਕਰਕੇ ਤੇ ਇਦਾਂ ਹੀ ਹੱਥ ਨਾਲ ਵਧਾ ਕੇ ਚੁੰਡਾ ਕਰਕੇ ਫਿਰ ਇਹਨੂੰ ਦਬਾਵਤਾ ਲੈਣਾ ਸੁੱਕਾ ਆਟਾ ਲੈ ਆਣਾ ਅੰਨਾਲ ਨਹੀਂ ਤਾਂ ਰੋਟੀ ਚਿੰਬੜ ਜਾਣੀ ਆ ਟੁੱਟ ਜਾਣੀ ਆ ਸੁੱਕਾ ਆਟਾ ਲਾ ਲਾ ਕੇ ਫੇ ਆਪਾਂ ਆ ਦੇਖੋ ਰੋਟੀ ਤਵੇ ਤੇ ਲਾ ਕੇ ਫੇ ਮੱਖਣ ਕੇ ਜੋ ਵੀ ਲਾਣਾ ਇਦਾਂਾ ਤਵੇ ਦੇ ਉੱਤੇ ਵੀ ਆਪਾਂ ਉਹਦਾ ਮੱਖਣ ਕੇ ਲਾ ਕੇ ਰਾੜ ਸਕਦੇ ਆ ਜਿਹਨੂੰ ਜਿੰਦਾ ਪਸੰਦ ਆ ਠੀਕ ਆ ਹੱਥਾਂ ਨੂੰ ਜੇ ਮੜਾ ਦਾ ਤੇਲ ਵੀ ਲਾ ਲਈਏ ਨਾ ਜਦਦਾ ਤਵੇ ਦੇ ਉੱਤੇ ਰੋਟੀ ਸਿੱਖਦੀ ਪਈ ਆ ਤੇ ਉਹੀ ਹੱਥਾਂ ਨੂੰ ਤੇਲ ਕੇ ਆ ਮੜਾ ਜਲਾ ਹੱਥ ਗਰਮ ਰੋਟੀ ਨੂੰ ਹੱਥ ਲਾ ਕੇ ਤੇ ਉਹ ਹੀ ਚੱਕ ਲੈਦੇ ਮੁੜ ਕੇ ਰੋਟੀ ਵਧਾ ਲਉ ਹੱਥਾਂ ਨੂੰ ਤੇਲ ਕੇ ਲਾ ਕੇ ਵੀ ਵਧਾ ਸਕਦੇ ਆ ਆਪਾਂ ਪਰ ਇਹਨਾਂ ਧਿਆਨ ਰੱਖਣਾ ਕਿ ਚਕਲੇ ਦੇ ਉੱਤੇ ਥੱਲੇ ਸੁੱਕਾ ਆਟਾ ਜ਼ਰੂਰ ਲੱਗਾ ਹੋਣਾ ਚਾਹੀਦਾ ਤਾਂ ਹੀ ਰੋਟੀ ਨੇ ਘੁੰਮਣਾ ਵਧਣਾ ਹੈ ਆ ਦੇਖੋ ਰੋਟੀ ਲਾਤੀ ਨੇ ਚਕਲਾ ਟੇਡਾ ਕਰਾਂਗੇ ਤੇ ਦੋਹੇ ਹੱਥ ਨਾਲ ਰੋਟੀ ਫੜ ਕੇ ਤਵੇ ਤੇ ਪਾਵਾਂਗੇ ਵੀਡੀਓ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਸ਼ੁਕਰੀਆ ਥੈਂਕ ਯੂ